ਲੈ ਜੀ ਦੰਦ ਸਾਫ ਹੋ ਗਏ ਭਾਈ ਮੇਰੇ ਦੰਦ ਜ਼ਿਆਦਾ ਸਾਫ ਹੈ ਠੀਕ ਹੈ ਐਸਾ ਹੀ ਸਹੀ ਚਲੇ ਭਾਈ ਅੰਮੀ ਸੇ ਜਾ ਕਰ ਪੁੱਛਤੇ ਹੈ ਠੀਕ ਹੈ ਚਲੇ ਅੰਮੀ ਜਾਨ ਮੇਰੇ ਦੰਦ ਜ਼ਿਆਦਾ ਸਾਫ ਹੈ ਕਿ ਭਾਈ ਕੇ ਚਲੇ ਭਾਈ ਆਪਣੇ ਦੰਦ ਅੰਮੀ ਕੋ ਦਿਖਾਏ ਠੀਕ ਹੈ ਜਾਨ ਠੀਕ ਹੈ ਦੇਖੀ ਅੰਮੀ ਕਿਸਕੇ ਦੰਦ ਸਾਫ ਹੈ ਹੋ ਗਿਆ ਅਰੇ ਤੁਮ ਦੋਨੋ ਕੇ ਦੰਦ ਸਾਫ ਹੈ ਲੇਕਿਨ ਮੇਰੇ ਦੰਦ ਜ਼ਿਆਦਾ ਚਮਕਦਾਰ ਹੈ ਹਰ ਰੋਜ਼ ਬ੍ਰਸ਼ ਕਰਨੇ ਸੇ ਮੇਰੇ ਦੰਦ ਜ਼ਿਆਦਾ ਚਮਕਤੇ ਹੈ ਹਾਂ ਠੀਕ ਹੈ ਜਾਨ ਦੰਦ ਸਾਫ ਰੱਖਣੇ ਸੇ ਮਜ਼ਬੂਤ ਰਹਤੇ ਹੈ ਲੇਕਿਨ ਬੇਟਾ ਇਨ੍ਹੇ ਜ਼ਿਆਦਾ ਰਗੜਨਾ ਨਹੀਂ ਚਾਹੀਏ ਖੁਸ਼ ਆਮਦੀਦ ਬਹੁਤ ਸ਼ੁਕਰੀਆ ਆਪਾ ਬਹੁਤ ਸ਼ੁਕਰੀਆ ਹਾਲਾਤ ਜਾਨ ਕਹਾਂ ਹੈ ਲਾਉਂਜ ਮੇ ਹੈ ਤੁਮਹਾਰਾ ਇੰਤਜ਼ਾਰ ਕਰ ਰਹਾ ਹੈ ਮੈਂ ਦੇਖੋ ਨਾ ਮੇਰੇ ਦੰਦ ਕਿਤੇ ਸਾਫ ਹੈ ਤੁਮ ਵੀ ਆਪਣੇ ਦੰਦ ਦਿਖਾਓ ਜਾਨ ਅਭੀ ਮੈਂ ਸਵੀਟ ਖਾ ਰਹਾ ਹੂੰ ਮੂੰਹ ਨਹੀਂ ਖੋਲ ਸਕਤਾ ਦਿਖਾਓ ਨਾ ਮੈਟ ਯਾ ਤੁਹਾਡੇ ਦੰਦ ਟੁੱਟੇ ਹੋਏ ਹੈ ਮੈਟ ਕਾ ਦੰਦ ਬਿੱਲੀ ਲੈ ਗਈ ਮੈਟ ਕਾ ਦੰਦ ਬਿੱਲੀ ਲੈ ਗਈ ਮੈਟ ਕੇ ਦੰਦ ਬਿੱਲੀ ਲੈ ਗਈ ਮੈਟ ਕੇ ਦੰਦ ਬਿੱਲੀ ਲੈ ਗਈ ਨਹੀਂ ਇਹ ਦੇਖੋ ਦੇਖੋ ਤੁਮਨੇ ਦੰਦ ਸਾਫ ਨਹੀਂ ਕੀਏ ਨਹੀਂ ਮੈਂ ਦੰਦ ਸਾਫ ਨਹੀਂ ਕਰਤਾ ਔਰ ਬਹੁਤ ਸਾਰੀ ਸਵੀਟਸ ਵੀ ਖਾਤਾ ਹੂੰ ਜਾਨ ਅਗਰ ਦੰਦ ਖਰਾਬ ਹੋ ਗਏ ਤੋ ਮੁਝੇ ਕੁਛ ਨਹੀਂ ਹੋਤਾ ਆਜ ਤੁਮ ਹਮਾਰੇ ਘਰ ਹੀ ਰਹੋਗੇ ਨਾ ਹਾਂ ਬਿਲਕੁਲ ਯਾਹੂ ਯਾਹੂ ਤੋ ਇਸਕਾ ਮਤਲਬ ਆਜ ਹਮ ਮਿਲਕਰ ਬਹੁਤ ਜ਼ਿਆਦਾ ਖੇਲੇਂਗੇ क्या हुआ मैट क्या हुआ है तुमको दांत बहुत दर्द कर रहा है एक मिनट मैट मैं खाला को बुला कर लाता हूँ खाला जान मैट के दांत में दर्द हो रहा है हाँ एक ये वाला दांत खराब है और वो वाला भी अब तुम्हारे दांत निकालेंगे डॉक्टर अंकल निकालना पड़ेगा फिक्र मत करो तुम्हें पता भी नहीं चलेगा कि क्या हुआ मैथ जान अगर आप अपने दूसरे दांत भी साफ नहीं करोगे तो वो भी खराब हो जाएंगे सारे दिन में दो बार ब्रश करना बहुत जरूरी है खास तौर पर रात सोने से पहले ठीक है अम्मी जान जान अब मैं भी तुम्हारी तरह रोज दांत ब्रश करूंगा शाबाश बहुत अच्छी बात है मेरे दांत चमकदार और मजबूत हैं। अगर मेरे दांत भी खराब होते तो मैं इसकी तरह दर्द करते बाद में क्या हुआ बाद में बताऊंगा अभी इस बुक में बहुत सारे पेजेस बाकी हैं।